Ladies and gentlemen. It's been a long time. ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਕਹਿੰਦੇ ਨੇ ਜੋੜੀਆਂ ਅਸਮਾਨ ਵਿੱਚ ਰੱਬ ਬਣਾਉਂਦਾ ਹੈ ਤੇ ਧਰਤੀ ਤੇ ਉਹਨਾਂ ਜੋੜੀਆਂ ਦਾ ਮੇਲ ਉਦੋਂ ਹੁੰਦਾ ਹੈ ਜਦੋਂ ਦੋ ਪਰਿਵਾਰ ਇੱਕ ਹੋ ਜਾਂਦੇ ਨੇ ਤੇ ਰਿਸ਼ਤਿਆਂ ਨੂੰ ਮਿਲਦਾ ਹੈ ਨਵਾਂ ਨਾਮ, ਨਵਾਂ ਸਿਰਨਾਮਾ ਤੇ ਨਵੀਂ ਪਹਿਚਾਣ। ਪੰਦਰਾਂ ਅਕਤੂਬਰ 1999 ਦਾ ਉਹ ਭਾਗਾਂ ਭਰਿਆ ਦਿਨ ਜਿਸ ਦਿਨ ਪਿਤਾ ਸਤਨਾਮ ਸਿੰਘ ਪੰਨੂ ਅਤੇ ਮਾਤਾ ਸੰਦੀਪ ਕੌਰ ਪੰਨੂ ਦੀ ਕੁੱਖੋਂ ਪਰਮਵੀਰ ਸਿੰਘ ਨੇ ਜਨਮ ਲਿਆ। ਪਰਮਵੀਰ ਸਿੰਘ ਦੇ ਜਨਮ ਦੇ ਨਾਲ ਜਿੱਥੇ ਘਰ ਵਿੱਚ ਚਾਰੋਂ ਤਰਫ ਖੁਸ਼ੀਆਂ ਦਾ ਮਾਹੌਲ ਸੀ, ਉੱਥੇ ਹੀ ਦਾਦਾ ਮੱਖਣ ਸਿੰਘ ਪੰਨੂ ਅਤੇ ਦਾਦੀ ਸਵਰਨ ਕੌਰ ਪੰਨੂ ਦੀ ਖੁਸ਼ੀਆਂ ਦਾ ਵੀ ਕੋਈ ਠਿਕਾਣਾ ਨਹੀਂ ਸੀ। ਪਰਮਵੀਰ ਦਾ ਛੋਟੇ ਛੋਟੇ ਕਦਮਾਂ ਦੇ ਨਾਲ ਵਿਹੜੇ ਵਿੱਚ ਤੁਰਨਾ, ਨਿੱਕੀਆਂ ਨਿੱਕੀਆਂ ਸ਼ਰਾਰਤਾਂ ਤੇ ਮਿੱਠੀਆਂ ਮਿੱਠੀਆਂ ਗੱਲਾਂ ਸਭ ਦਾ ਮਨ ਮੋਹ ਲੈਂਦੀਆਂ। ਹੌਲੀ ਹੌਲੀ ਵਕਤ ਗੁਜ਼ਰਦਾ ਗਿਆ ਤੇ ਫਿਰ ਵੇਲਾ ਆਇਆ ਪਰਮਵੀਰ ਸਿੰਘ ਦੇ ਵਿਆਹ ਦੇ ਲਈ ਦੁਲਹਨ ਦੀ ਭਾਲ ਦਾ, ਤੇ ਇਹ ਭਾਲ ਖਤਮ ਹੋਈ ਅਮਨਦੀਪ ਕੌਰ ਨੂੰ ਵੇਖਣ ਤੋਂ ਬਾਅਦ। ਪਿਤਾ ਜਸਵਿੰਦਰ ਸਿੰਘ ਸੋਹੀ ਅਤੇ ਮਾਤਾ ਰੁਪਿੰਦਰ ਕੌਰ ਸੋਹੀ ਦੀ ਲਾਡਲੀ ਅਮਨਦੀਪ ਕੌਰ। ਦੋ ਫਰਵਰੀ 2018 ਦੋਨਾਂ ਪਰਿਵਾਰਾਂ ਦੀ ਰਜ਼ਾਮੰਦੀ ਅਤੇ ਬੜੇ ਖੁਸ਼ੀਆਂ ਤੇ ਚਾਵਾਂ ਦੇ ਨਾਲ ਪਰਮਵੀਰ ਸਿੰਘ ਅਤੇ ਅਮਨਦੀਪ ਕੌਰ ਦੇ ਰੋਕੇ ਦੀ ਰਸਮ ਅਦਾ ਕੀਤੀ ਗਈ। ਇਸ ਖੁਸ਼ੀ ਦੇ ਮੌਕੇ ਤੇ ਭੈਣ ਤਨਵੀਰ ਕੌਰ ਪੰਨੂ ਅਤੇ ਭਰਾ ਨੌ ਨਿਹਾਲ ਸਿੰਘ ਪੰਨੂ ਦੇ ਚਿਹਰੇ ਦੀ ਰੌਣਕ ਵੀ ਵੇਖਣ ਵਾਲੀ ਸੀ। ਚਾਰ ਫਰਵਰੀ 2018 ਪਰਮਵੀਰ ਸਿੰਘ ਅਤੇ ਅਮਨਦੀਪ ਕੌਰ ਦੇ ਆਨੰਦ ਕਾਰਜ ਦੀ ਰਸਮ ਅਦਾ ਕੀਤੀ ਗਈ, ਯਾਨੀ ਕਿ ਦੋਨੋਂ ਹੀ ਸਦਾ ਲਈ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੰਧ ਗਏ। 7 ਫਰਵਰੀ 2018 ਅੱਜ ਦੀ ਇਹ ਰਿਸੈਪਸ਼ਨ ਪਾਰਟੀ ਪਰਮਵੀਰ ਸਿੰਘ ਅਤੇ ਅਮਨਦੀਪ ਕੌਰ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਰੱਖੀ ਗਈ ਹੈ ਔਰ ਦੋਨਾਂ ਹੀ ਪਰਿਵਾਰਾਂ ਦੇ ਸਾਰੇ ਮਹਿਮਾਨ ਬੜੀਆਂ ਹੀ ਖੁਸ਼ੀਆਂ ਤੇ ਚਾਵਾਂ ਦੇ ਨਾਲ ਸ਼ਾਮਲ ਹੋਏ ਹਨ। ਅਸੀਂ ਵੀ ਇਸ ਖੁਸ਼ੀ ਦੇ ਮੌਕੇ ਤੇ ਇਸ ਨਵੀਂ ਜੋੜੀ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਦੇ ਲਈ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ ਅਤੇ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਦੋਨੋਂ ਹੀ ਪਰਿਵਾਰ ਸਦਾ ਚੜ੍ਹਦੀ ਕਲਾ ਵਿੱਚ ਰਹਿਣ।